ਨਹੀਂ ਚੱਕਲਾ ਚੱਕਲਾ ਕੋਈ ਚੱਕਰ ਨਹੀਂ ਚੱਕਲਾ। ਗੁੱਡ ਮਾਰਨਿੰਗ, ਵੈਲਕਮ ਬੈਕ ਟੂ ਦਾ ਚੈਨਲ। ਤਾਂ ਕੀ ਹਾਲ ਚਾਲ ਆ, ਉਮੀਦ ਕਰਦੇ ਹਾਂ ਸਭ ਵਧੀਆ ਹੋਵੋਗੇ। ਅਤੇ ਅੱਜ ਦੇ ਵਲੋਗ ਦੇ ਵਿੱਚ ਸਵਾਗਤ ਆ ਤੁਹਾਡਾ, ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ। ਚਲੋ ਕਰਤਾ ਜੀ, ਆਪਾਂ ਆਏ ਹੋਏ ਹਾਂ ਫਿਰੋਜ਼ਪੁਰ ਯਾਰ। ਕੁਛ ਕੰਮ ਸੀਗਾ ਫਿਰੋਜ਼ਪੁਰ 'ਚ ਆਪਾਂ ਨੂੰ, ਅਤੇ ਉਹ ਕੰਮ ਖਤਮ ਕਰਨ ਆਏ ਹਾਂ। ਅਤੇ ਬੜਾ ਟਾਈਮ ਲੱਗ ਗਿਆ ਯਾਰ, ਸੁਬਾਹ ਦੇ ਆਏ ਹੋਏ ਹਾਂ ਇੱਥੇ ਫਿਰੋਜ਼ਪੁਰ। ਅਤੇ ਉਹ ਕੰਮ, ਇੱਕ ਦੋ ਕੰਮ ਸੀਗੇ ਵੈਸੇ, ਅਤੇ ਉਹ ਆਪਾਂ ਕੰਮ ਤਾਂ ਕੰਪਲੀਟ ਕਰ ਲਿਆ, ਅਤੇ ਬਸ ਇੱਕ ਦੋ ਕੰਮ ਹੋਰ ਰਹਿੰਦੇ ਆ, ਅਤੇ ਉਹ ਕਰਦੇ ਹਾਂ ਕੰਪਲੀਟ। ਅਤੇ ਫਿਰ ਆਪਾਂ ਚੱਲਦੇ ਹਾਂ ਪਿੰਡ ਨੂੰ, ਅਤੇ ਦਿਖਾਉਂਦੇ ਤੁਹਾਨੂੰ ਰਾਹ ਦੇ ਵਿੱਚ ਜੋ ਜੋ ਹੁੰਦਾ ਜਾਂ ਕੋਈ ਘਰ ਚੱਲ ਕੇ।
ਜੀ ਆਪਾਂ ਆ ਗਏ ਹਾਂ ਖੇਤ, ਕੰਪਿਊਟਰ ਲੱਗੀ ਜਾਂਦਾ, ਸ਼ਾਮ ਦਾ ਟਾਈਮ ਹੋ ਗਿਆ, ਕੱਲ੍ਹ ਸੁਹਾਗਾ ਮਾਰ ਕੇ ਆਏ ਸੀਗੇ, ਅੱਜ ਕਿਰਾਇਆ ਲਾ ਰਹੇ ਹਾਂ ਕੰਪਿਊਟਰ। ਆਪਣਾ ਕਿੰਨਾ ਜਾਂ ਮੈਂ ਇਹਨੇ ਗੱਲ ਕਰਦਾ ਬੈਟਰੀ ਕੋਈ ਗੱਲ ਨਹੀਂ ਨਾਲੇ ਮੈਂ ਕਹਿੰਦਾ ਵੀ ਆਪਣੇ ਹੁਣ ਤੁਸੀਂ ਲੈ ਲਓ ਤੇ ਮੈਂ ਕਰਦਾ ਪਤਾ ਸਾਰੀ ਗੱਲ ਕੀ ਆ ਮਨਪ੍ਰੀਤ ਕਰ ਰਿਹਾ ਥੋੜ੍ਹਾ ਜਾਣਾ ਮੈਂ ਉਹ ਨਹੀਂ ਲਾਉਂਦਾ ਸੀ ਯਾਰ ਨਹੀਂ ਚੱਕਲਾ ਚੱਕਲਾ ਕੋਈ ਚੱਕਰ ਹੀ ਨਹੀਂ ਹੋਗਾ ਚੱਕਲਾ ਬਸ ਇਹ ਉਹ ਚੀਜ਼ ਨਹੀਂ ਇਹ ਹੋਰ ਚੀਜ਼ ਹੈ ਲਓ ਜੀ ਆਪਾਂ ਹੋ ਗਏ ਖੇਤੋਂ ਵਿਹਲੇ ਹੁਣ ਅਤੇ ਹਨੇਰੀ ਬਹੁਤ ਜ਼ਿਆਦਾ ਆ ਗਈ ਸੀ ਯਾਰ ਇਸ ਲਈ ਰਾਤ ਦੇ ਨਾਲ ਵੀਡੀਓ ਆਪਾਂ ਬੰਦ ਨਹੀਂ ਖਤਮ ਕੀਤੀ ਗਈ ਅਤੇ ਚਲੋ ਇਸੇ ਨਾਲ ਹੀ ਕਰਦੇ ਹਾਂ ਆਪਾਂ ਵੀਡੀਓ ਨੂੰ ਐਂਡ ਅਤੇ ਕਰੋ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜਾਂ ਮੈਂ ਇਹਨੇ ਗੱਲ ਕਰਦਾ ਬੈਟਰੀ ਕੋਈ ਗੱਲ ਨਹੀਂ ਨਾਲੇ ਮੈਂ ਕਹਿੰਦਾ ਵੀ ਇੱਥੇ ਵੀ ਹੁਣ ਤੁਸੀਂ ਲੈ ਲਓ ਤੇ ਵੀਡੀਓ ਸੁਣੀ ਮੈਂ ਕਰਦਾ ਪਤਾ ਸਾਰੀ ਗੱਲ ਕੀ ਆ ਪਾਦੀ ਨਹੀਂ ਹੁਣ ਕੌਣ ਆ ਗਿਆ ਬੱਚੇ ਮਨਪ੍ਰੀਤ ਕਰ ਰਿਹਾ ਥੋੜ੍ਹਾ ਜਾਣਾ ਮੈਂ ਉਹ ਨਹੀਂ ਲਾਉਂਦਾ ਸੀ ਯਾਰ ਨਹੀਂ ਚੱਕਲਾ ਚੱਕਲਾ ਕੋਈ ਚੱਕਰ ਨਹੀਂ ਹੋਗਾ ਚੱਕਲਾ ਇਹਦਾ ਬਸ ਇਹ ਉਹ ਚੀਜ਼ ਨਹੀਂ ਇਹ ਹੋਰ ਚੀਜ਼ ਹੈ ਵੰਡੀ ਦੀ ਮਿੱਟੀ ਲਓ ਜੀ ਆਪਾਂ ਹੋ ਗਏ ਖੇਤੋਂ ਵਿਹਲੇ ਹੁਣ ਅਤੇ ਹਨੇਰੀ ਬਹੁਤ ਜ਼ਿਆਦਾ ਆ ਗਈ ਸੀ ਯਾਰ ਇਸ ਲਈ ਰਾਤ ਦੇ ਨਾਲ ਵੀਡੀਓ ਆਪਾਂ ਬੰਦ ਨਹੀਂ ਕੀ ਖਤਮ ਕੀਤੀ ਗਈ ਅਤੇ ਚਲੋ ਇਸੇ ਨਾਲ ਹੀ ਕਰਦੇ ਹਾਂ ਆਪਾਂ ਵੀਡੀਓ ਨੂੰ ਐਂਡ ਅਤੇ ਕਰੋ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜਾਂ ਮੈਂ ਇਹਨੇ ਗੱਲ ਕਰਦਾ ਬੈਟਰੀ ਕੋਈ ਗੱਲ ਨਹੀਂ ਨਾਲੇ ਮੈਂ ਕਹਿੰਦਾ ਵੀ ਇੱਥੇ ਵੀ ਹੁਣ ਤੁਸੀਂ ਲੈ ਲਓ ਤੇ ਮੈਂ ਕਰਦਾ ਪਤਾ ਸਾਰੀ ਗੱਲ ਹੁਣ ਕੌਣ ਆ ਗਿਆ ਬੱਚੇ ਮਨਪ੍ਰੀਤ ਕਰ ਰਿਹਾ ਥੋੜ੍ਹਾ ਜਾਣਾ ਮੈਂ ਉਹ ਨਹੀਂ ਲਾਉਂਦਾ ਸੀ ਯਾਰ
ਨਹੀਂ ਚੱਕਲਾ ਚੱਕਲਾ ਕੋਈ ਚੱਕਰ ਨਹੀਂ ਹੈਗਾ ਚੱਕਲਾ ਇਹਦਾ ਬਸ ਇਹ ਉਹ ਚੀਜ਼ ਨਹੀਂ ਇਹ ਹੋਰ ਚੀਜ਼ ਹੈ ਲਓ ਜੀ ਆਪਾਂ ਹੋ ਗਏ ਖੇਤ ਤੋਂ ਵਿਹਲੇ ਹੁਣ ਅਤੇ ਹਨੇਰੀ ਬਹੁਤ ਜ਼ਿਆਦਾ ਆ ਗਈ ਸੀ ਯਾਰ ਇਸ ਲਈ ਰਾਤ ਕਿਨਾਂ ਵੀਡੀਓ ਆਪਾਂ ਬੰਦ ਨਹੀਂ ਕੀ ਖਤਮ ਕੀਤੀ ਗਈ ਅਤੇ ਚਲੋ ਇਸੇ ਨਾਲ ਹੀ ਕਰਦੇ ਹਾਂ ਆਪਾਂ ਵੀਡੀਓ ਨੂੰ ਐਂਡ ਅਤੇ ਕਰੋ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ।